ਆਪਾਂ ਜੋ ਸਾਡੀ ਗੱਲ ਚੱਲਦੀ ਵੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ, ਹਾਂਜੀ, ਇਸ ਟਾਈਮ ਜਿਹੜਾ ਅਸੀਂ 644ਵਾਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਗੁਰਪੁਰਬ ਮਨਾ ਰਹੇ ਹਾਂ ਜੀ, ਮੇਰੇ ਖਿਆਲ ਦੇ ਨਾਲ ਘੱਟੋ ਘੱਟ ਹਫ਼ਤਾ 10 ਦਿਨ ਹੋ ਗਿਆ ਜਿਹੜੀਆਂ ਪ੍ਰਭਾਤ ਫੇਰੀ ਨਿਕਲਦੀਆਂ ਨੂੰ ਜੀ, ਤੇ 27 ਤਰੀਕ ਤੋਂ ਮਤਲਬ 5 ਦਿਨ ਹੋਰ ਟੱਪ ਜਾਣੇ ਕਿ ਜਿਹੜੇ ਸਾਡੇ ਲੋਕੀ ਆ ਘੱਟੋ ਘੱਟ 20 ਦਿਨ ਪੂਰੇ ਐਕਟਿਵ ਆ ਜੀ। ਜੇਕਰ ਇਸ 20 ਦਿਨ ਹੀ ਚਿਮਟੇ ਢੋਲਕੀਆਂ ਛੈਣੇ ਬਜਾਣੇ ਬੰਦ ਕਰਕੇ ਜੇਕਰ ਆਪਾਂ 20 ਦਿਨ ਹੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਪੜ੍ਹ ਲਈਏ, 20 ਦਿਨ ਹੀ ਉਹਨਾਂ ਦੀ ਵਿਚਾਰਧਾਰਾ ਨੂੰ ਪੜ੍ਹ ਲਈਏ ਤਾਂ ਮੇਰੇ ਖਿਆਲ ਦੇ ਨਾਲ ਸਾਡੇ ਸਮਾਜ ਦਾ ਕਾਫੀ ਸੁਧਾਰ ਹੋਏ ਨਾ ਜੇਕਰ ਢੋਲਕੀਆਂ ਛੈਣੇ ਆਪਾਂ ਨਾਪ ਜਾਈਏ। ਕਿਉਂਕਿ ਤੁਸੀਂ ਦੇਖੋ ਆ 15-20 ਦਿਨ ਆ, 15-20 ਦਿਨ ਢੋਲਕੀਆਂ ਛੈਣੇ ਵੱਜਣੇ ਆ, ਮਾਰਚ ਦਾ ਮਹੀਨਾ ਖਤਮ ਹੋਣਾ ਆ, ਅਪ੍ਰੈਲ ਦਾ ਮਹੀਨਾ ਸ਼ੁਰੂ ਹੋਣਾ ਆ, ਫਿਰ ਇਹਨਾਂ ਨੇ ਗੁੱਗੇ ਪੂਜਣੇ ਆ, ਇਹਨਾਂ ਨੇ ਮੇਲੇ ਕਰਾਉਣੇ ਪਿੰਡਾਂ ਦੇ ਵਿੱਚ, ਹਰ ਇੱਕ ਪਿੰਡ ਵਿੱਚ 4-4-5 ਮੜੀਆਂ, ਹਰ ਇੱਕ ਮੰਡੀ ਤੇ ਮੇਲੇ ਹੋਣੇ, ਉਸ ਤੋਂ ਬਾਅਦ ਬਾਬੇ ਦੇ ਮੇਲੇ, ਉਸ ਤੋਂ ਬਾਅਦ ਬਾਕੀ ਮੇਲੇ ਸ਼ੁਰੂ ਹੋ ਜਾਣੇ ਆ। ਕਿਉਂਕਿ ਇਹਨਾਂ ਨੇ ਜੇਕਰ ਇਹ 20 ਦਿਨ ਪੜ ਗਏ ਤਾਂ ਇਹ ਉਹਨਾਂ ਮੇਲਿਆਂ ਤੋਂ ਮੁਕਤ ਹੋ ਜਾਣਗੇ, ਜੇਕਰ ਇਹ 20 ਦਿਨ ਵੀ ਢੋਲਕੀਆਂ ਛਾਣੇ ਵਜਾਉਂਦੇ ਰਹੇ ਤਾਂ ਪੂਰਾ ਸਾਲ ਇਹਨਾਂ ਨੇ ਮਾਤਾ ਦੇ ਮਾਲ ਵੜ ਕੇ ਹੀ ਰਹਿ ਜਾਣਾ ਵਾ ਤੇ ਢੋਲਕੀਆਂ ਛਾਣੇ ਹੀ ਵਜਾਉਣ ਜੋਗੇ ਰਹਿਣਗੇ ਇਹ। ਕਿਉਂਕਿ ਆਉਣ ਵਾਲੇ ਸਮੇਂ 'ਚ ਜੇਕਰ ਇਹਨਾਂ ਨੇ ਗੁਰੂ ਰਵਿਦਾਸ ਨੂੰ ਬਾਬਾ ਸਾਹਿਬ ਅੰਬੇਡਕਰ ਨੂੰ ਨਹੀਂ ਪੜਿਆ ਤੇ ਆਉਣ ਵਾਲੇ ਸਮੇਂ 'ਚ ਜਿਹੜੇ ਇਹਨਾਂ ਦੇ ਬੱਚੇ ਆ ਉਹ ਗੁਲਾਮ ਪੈਦਾ ਹੋਣਗੇ, ਜਿਹੜੇ ਇਹਨਾਂ ਦੇ ਬੱਚੇ ਆ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹ ਗੂੰਗੀ ਪੈਦਾ ਹੋਊਗੀ। ਕਿਉਂਕਿ ਇਸ ਟਾਈਮ ਤੁਸੀਂ ਦੇਖੋ ਸਾਡੇ ਗੁਰੂ ਰਵਿਦਾਸ ਮਹਾਰਾਜ ਨੇ ਵੀ ਇਹੀ ਕਿਹਾ ਪੜ੍ਹੋ ਜੁੜੋ ਸੰਘਰਸ਼ ਕਰੋ, ਤੇ ਬਾਬਾ ਸਾਹਿਬ ਅੰਬੇਡਕਰ ਨੇ ਵੀ ਇਹੀ ਕਿਹਾ ਪੜ੍ਹੋ ਜੁੜੋ ਸੰਘਰਸ਼ ਕਰੋ। ਜੇਕਰ ਅਸੀਂ ਆਪਣਾ ਇਸ ਰਹਿਬਰਾਂ ਦੇ ਇਹ ਜਿਹੜੇ ਤਿੰਨ ਮੂਲ ਮੰਤਰ ਆ ਜੇਕਰ ਆਪਾਂ ਇਹਨੂੰ ਨਹੀਂ ਅਪਣਾਵਾਂਗੇ ਤਾਂ ਜਿਹੜਾ ਸਾਡਾ ਸਮਾਜ ਆ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਗੁਲਾਮੀ ਤੋਂ ਕੋਈ ਨਹੀਂ ਰੋਕ ਸਕਦਾ। ਪਰ ਜੇਕਰ ਅਸੀਂ ਇਹਨਾਂ ਤਿੰਨਾਂ ਜਿਹੜੇ ਮੂਲ ਮੰਤਰ ਸਾਡੇ ਹੈਗੇ ਪੜ੍ਹੋ ਜੁੜੋ ਸੰਘਰਸ਼ ਕਰੋ ਅਸੀਂ ਅਪਣਾ ਲਵਾਂਗੇ, ਆਪਣੇ ਰਹਿਬਰਾਂ ਦੇ ਇਸ ਵਿਚਾਰਾਂ ਨੂੰ ਅਪਣਾ ਲਵਾਂਗੇ ਤਾਂ ਸਾਡੇ ਸਮਾਜ ਨੂੰ, ਸਾਡਾ ਸਮਾਜ ਭਾਵ ਕੀ ਸਾਡਾ ਮੂਲ ਨਿਵਾਸੀ, ਸਾਡਾ ਬਹੁਜਨ ਸਮਾਜ ਜਿਹਨੂੰ ਆਪਾਂ ਹਰ ਇੱਕ ਇਨਸਾਨੀਅਤ ਦੇ ਨਾਤੇ ਹਰ ਇੱਕ ਨੂੰ ਮੰਨਦੇ ਹਾਂ, ਕਾਸਟ ਸਿਸਟਮ ਨੂੰ ਛੱਡ ਕੇ, ਤੇ ਜੋ ਗੁਰੂ ਰਵਿਦਾਸ ਮਹਾਰਾਜ ਜੀ ਨੇ ਜੋ ਬੇਗਮਪੁਰਾ ਦਾ ਜਿਹੜਾ ਸੁਪਨਾ ਦੇਖਿਆ ਸੀ, ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭਨ ਕੁਨ, ਮਤਲਬ ਇਹ ਨੀ ਆਪਾਂ ਕਹਿੰਦੇ ਕਿ ਸਿਰਫ ਮੇਲੇ ਚ ਮਾਰ ਕੁਨ, ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭਨ ਕੁਨ ਛੋਟ ਬੜੇ ਸਭ ਵਸੇ ਰਵਿਦਾਸ ਰਹੇ ਪ੍ਰਸੰਨ। ਜੇਕਰ ਅਸੀਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਇਹ ਸੁਪਨਾ ਪੂਰਾ ਕਰਨਾ ਆ ਤੇ ਸਾਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਿਹੜੀ ਵਿਚਾਰਧਾਰਾ ਆ ਉਹਨੂੰ ਪੜ੍ਹਨਾ ਪੈਣਾ ਆ, ਔਰ ਜਿਹੜੇ ਟੱਲ ਖੜਕਾਣੇ ਇਹ ਸਾਨੂੰ ਬੰਦ ਕਰਨੇ ਪੈਣੇ, ਢੋਲਕੀਆਂ ਛਾਣੇ ਬਜਾਣੇ ਸਾਨੂੰ ਬੰਦ ਕਰਨੇ ਪੈਣੇ, ਤਾਂ ਹੀ ਅਸੀਂ ਗੁਰੂ ਰਵਿਦਾਸ ਦਾ ਜਿਹੜਾ ਸੁਪਨਾ ਹੈ ਉਹ ਪੂਰਾ ਕਰ ਸਕਦੇ ਹਾਂ। ਇਸ ਕਰਕੇ ਸਾਰੇ ਹੀ ਸਰੋਤਿਆਂ ਨੂੰ ਔਰ ਸਾਰੇ ਹੀ ਜਿੰਨੇ ਵੀ ਦਰਸ਼ਕ ਇਸ ਨੂੰ ਦੇਖ ਰਹੇ ਆ ਜਾਂ ਹੋਰ ਵੀ ਜੋ ਸਾਡੇ ਸਮਾਜ ਦੇ ਸ਼ੁਭ ਚਿੰਤਕ ਹੈਗੇ ਆ ਜੋ ਇਨਸਾਨੀਅਤ ਨੂੰ ਮੰਨਦੇ ਆ ਉਹਨਾਂ ਨੂੰ ਇਹੀ ਅਪੀਲ ਆ, ਬੇਨਤੀ ਆ ਕਿ ਇਸ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਿਹੜਾ ਗੁਰਪੁਰਬ ਹੈਗਾ ਇਸ ਗੁਰਪੁਰਬ ਤੇ ਆਪਾਂ ਗੁਰੂ ਰਵਿਦਾਸ ਮਹਾਰਾਜ ਦੀ ਵਿਚਾਰਧਾਰਾ ਨੂੰ ਜਿੰਨਾ ਪੜ੍ਹ ਸਕੀਏ ਔਰ ਜਿੰਨਾ ਲੋਕਾਂ ਨੂੰ ਦੱਸ ਸਕੀਏ ਵੱਧ ਤੋਂ ਵੱਧ ਆਪਾਂ ਕਰੀਏ ਤਾਂ ਜੋ ਅਸੀਂ ਗੁਰੂ ਰਵਿਦਾਸ ਮਹਾਰਾਜ ਦਾ ਸੁਪਨਾ ਹੈ ਉਹ ਪੂਰਾ ਕਰ ਸਕੀਏ।